30 अक्तूबर तो नौजवान सुखमन सिंह घर तो लापता सी। अज उसकी अमृतसर के सुल्तानविंड पुलिस के सामने नहर के कोलों लाश मिली है। परिवारक मैंबर ने पुलिस को शिकायत दी सी कि उनका लड़का लापता है। इस मौके पर परिवारक मैंबर का कहना है कि पुलिस वालों ढिली कार्रवाई की गई जिस करके अजिहा वापरिया है। ਬ੍ਰਦਰ ਮੇਰਾ ਇੱਥੇ ਰਹਿੰਦਾ ਕਲੋਨੀ ਖਾਲਸਾ ਨਗਰ। ਜਿਸ ਨੌਜਵਾਨ ਦੀ ਡੈਡ ਬੋਡੀ ਮਿਲੀ ਹੈ ਕੀ ਨਾਮ ਹੈ ਜੀ ਉਹਦਾ? ਸੁਖਮਨ ਸਿੰਘ। ਕਾਰਨ ਕੀ ਰਿਹਾ ਜੀ? ਕਾਰਨ ਭਾਈ ਸਕੂਲ ਹੀ ਟੋਰਚਰ ਕਰਦੇ ਬੱਚੇ ਨੂੰ, ਅੱਗੇ ਵੀ ਇੱਕ ਦੋ ਵਾਰ ਬੱਚੇ ਨੂੰ ਤੰਗ ਜ਼ਿਆਦਾ ਕਰਦੇ ਸੀ ਤੇ ਏਦਾਂ ਹੀ ਪਿਓ ਨੇ ਦਬਕਾ ਮਾਰ ਦੇਣਾ ਵੀ ਕੀ ਗੱਲ ਆ, ਤੇ ਦੀਵਾਲੀ ਵਾਲੇ ਦਿਨ ਵੀ ਬੱਚਾ ਏਦਾਂ ਹੀ ਗਿਆ ਵਾ ਪਾਰਟੀ ਤੇ ਗਿਆ ਵਾ। ਇੱਕ ਨਾਲ ਦੋ ਮੁੰਡੇ ਹੋਰ ਸੀ, ਉਹਨਾਂ ਨੇ ਮੋਬਾਈਲ ਲਿਆਂਦਾ ਸੀ ਕਿਤੇ, ਕੀ ਪਤਾ ਮੈਡਮ ਨੂੰ ਵੇਖ ਕੇ ਉਹਨਾਂ ਮੋਬਾਈਲ ਜਿਹਾ ਚਪਾ ਲਿਆ ਵਾ। ਮੈਡਮ ਨੇ ਦਬਕੇ ਮਾਰੇ, ਉਹਨਾਂ ਨੇ ਦਬਕੇ ਮਾਰੇ, ਮੁੰਡੇ ਨੂੰ ਜ਼ਿਆਦਾ ਟੋਰਚਰ ਕੀਤਾ ਉਹਨਾਂ ਨੇ, ਤੇ ਮੁੰਡਾ ਵਾ ਉਸ ਤੋਂ ਬਾਅਦ ਉਹਨੇ ਕਿਹਾ ਵਾ ਵੀ ਮੈਂ ਇੱਦਾਂ ਘਰ ਦਿੱਤਾ ਡੈਡੀ ਦਾ, ਤੇ ਮੁੰਡਾ ਇੰਨਾ ਡੈਸਿਆ ਵੀ ਘਰ ਹੀ ਨਹੀਂ ਆਇਆ ਹੈਗਾ, ਉੱਥੋਂ ਕੰਮ ਤੇ ਜਾਂਦਾ ਵਾ, ਕੰਮ ਤੇ ਵੀ ਗਿਆ ਵਾ, ਬਾਅਦ 'ਚ ਭਰਾ ਦੇ ਨਾਲ ਘਰ ਗਿਆ ਵਾ, ਘਰ ਬਾਹਰ ਹੀ ਕਲੋਨੀ ਤੋਂ ਉੱਤਰ ਗਿਆ ਵਾ, ਅੰਦਰ ਤੂੰ ਚੱਲ ਮੈਂ ਆਉਂਦਾ ਵਾ। ਉਸ ਤੋਂ ਬਾਅਦ ਮੁੰਡਾ ਘਰ ਨਹੀਂ ਆਇਆ ਹੈਗਾ, ਬਸ ਜੋ ਵੀ ਆਇਆ ਸਕੂਲ ਦਾ ਆਇਆ, ਸਕੂਲ ਦੇ ਐਕਸ਼ਨ ਲੈ ਕੇ ਸਕੂਲ ਬੰਦ ਹੋਣਾ ਚਾਹੀਦਾ ਵਾ। ਸਾਡੇ ਵੱਲੋਂ 30 ਤਰੀਕ ਰਾਤ 8 ਵਜੇ ਦਾ ਗਿਆ ਹਿਲਾਬ, ਤੇ 10:30 ਵਜੇ ਤੋਂ ਬਾਅਦ ਅਸੀਂ ਲੱਭਣਾ ਚਾਲੂ ਕੀਤਾ ਹੈ, ਕਿਉਂ ਨੀ ਮੁੰਡਾ ਆਇਆ। ਲਾਗੇ ਚਾਚੇ ਦਾ ਘਰ ਸੀ, ਸਾਨੂੰ ਇਹ ਵੀ ਹੋ ਸਕਦਾ ਲਾਗੇ ਚਾਚੇ ਦਾ ਘਰ ਆ, ਉੱਧਰ ਗਿਆ ਹੋਣਾ, ਉਹਨੂੰ ਫੋਨ ਕੀਤਾ ਚਾਚੇ ਨੂੰ, ਉਹ ਕਹਿੰਦਾ ਇੱਧਰ ਮੁੰਡਾ ਨੀ ਆਇਆ। ਫਿਰ ਸਾਨੂੰ ਹੱਥਾਂ ਪੈਰਾਂ ਪੈ ਗਏ, ਸਾਰਿਆਂ ਨੂੰ ਇੱਕ ਦੂਜੇ ਨੂੰ ਫੋਨ ਕੀਤੇ ਭੈਣ ਭਰਾਵਾਂ ਨੂੰ, ਕਿਤੇ ਜਦੋਂ ਨਹੀਂ ਲੱਭਾ ਉੱਧਰ ਅਸੀਂ ਸਾਰੀ ਰਾਤ ਲੱਭਦੇ ਰਹੇ ਹਾਂ। ਫਿਰ ਇੱਥੇ ਚੌਂਕੀ ਤੇ ਜਾ ਕੇ ਆਏ 3 ਵਜੇ, 3 ਵਜੇ ਇਹਨਾਂ ਦੀ ਆਪਾਂ ਕੰਨੀ ਕੱਢੀ ਗੱਲ ਸਾਰੀ, ਇਹਨਾਂ ਦੇ ਕੰਨੀ ਕੱਢੀ, ਕਹਿੰਦੇ ਸਵੇਰੇ ਆ ਜੀ ਉਹ ਫੋਟੋਆਂ ਲੈ ਕੇ ਅਸੀਂ ਤੁਹਾਡੇ ਕਰਾਂਗੇ। ਸਵੇਰੇ 11 ਵਜੇ ਦਾ ਟਾਈਮ ਦਿੱਤਾ, 11 ਵਜੇ ਗਏ ਆ, ਫਿਰ ਕਹਿੰਦੇ ਤੁਸੀਂ 3 ਵਜੇ ਆਏ ਹੋ, ਅਸੀਂ ਲੱਭਦੇ ਰਹੇ 3 ਵਜੇ, ਫਿਰ ਅਸੀਂ ਗਏ ਆ 3 ਵਜੇ, ਫਿਰ ਅਸੀਂ ਉਸ ਤੋਂ ਬਾਅਦ ਗਏ ਆ, ਉਹਨਾਂ ਨੇ ਵੀ ਕੋਈ ਨੀ ਬਕਾਏ ਰੱਖ ਛੱਡੇ ਆ। ਸਰਵ ਇੰਸਪੈਕਟਰ ਆ ਬਾ ਗੁਰਪ੍ਰੀਤ ਸਿੰਘ, ਉਹ ਸਾਡੇ ਨਾਲ ਬਿਨਾਂ ਕਹੇ ਤੋਂ ਜਾਂਦਾ ਰਿਹਾ ਆਪਣੇ ਆਪ, ਉਹ ਤੁਰਦਾ ਰਿਹਾ, ਹੋਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਮੌਕੇ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹਿਰ ਦੇ ਕੋਲੋਂ ਲਾਸ਼ ਮਿਲੀ ਹੈ, ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਹੈ। ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਜਿਹੜੀ ਲਾਸ਼ ਮਿਲੀ ਜੀ, ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਨਹਿਰ 'ਚ ਇੱਕ ਲਾਸ਼ ਆ, ਅਸੀਂ ਮੌਕੇ ਤੇ ਪਹੁੰਚੇ ਹਾਂ, ਮੌਕੇ ਤੇ ਪਹੁੰਚ ਕੇ ਇਹਨੂੰ ਜਿਹੜੀ ਹੈ ਡੈਡ ਬੋਡੀ ਨੂੰ ਆਈਡੈਂਟੀਫਾਈ ਕਰਾਇਆ ਵਾ, ਉਹਦੇ ਵਾਰਸ ਸਾਡੇ ਕੋਲ ਮੌਕੇ ਤੇ ਆ ਗਏ ਨੇ, ਤੇ ਜਿੱਦਾਂ ਉਹ ਵੀ ਸਟੇਟਮੈਂਟ ਦੇਣਗੇ ਜੋ ਉਹਨਾਂ ਨੇ ਦੱਸਿਆ, ਅਸੀਂ ਉਹਦੇ ਸੰਬੰਧ ਵਿੱਚ ਕਾਰਵਾਈ ਕਰਾਂਗੇ। अजीत पंजाबी दी ऑथेंटिक खबरां दे लई सब्सक्राइब करो अजीत वेब टीवी, ताज़ी खबरां दी नोटिफिकेशन पाउण दे लई बैल आइकन ते क्लिक